ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ 2016 ਤੇ 17 ਸੈਸ਼ਨ ਦੇ 12ਵੀਂ ਦੇ ਅਕਾਦਮਿਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਨਤੀਜਿਆਂ ਵਿੱਚ ਪਹਿਲੇ 3 ਸਥਾਨਾਂ ਤੇ ਮੁੜ ਪੰਜਾਬ ਦੀਆਂ ਕੁੜੀਆਂ ਕਾਬਜ਼ ਹੋ ਗਈਆਂ ਨੇ। ਪਹਿਲਾ ਸਥਾਨ ਲੁਧਿਆਣਾ ਜ਼ਿਲ੍ਹੇ ਦੇ RS ਮਾਡਲ ਸਕੂਲ ਦੀ ਅਮੀਸ਼ਾ ਅਰੋੜਾ ਨੇ 98.44% ਅੰਕਾਂ ਨਾਲ ਹਾਸਲ ਕੀਤਾ ਹੈ। ਦੂਜੇ ਸਥਾਨ ਤੇ ਲੁਧਿਆਣਾ ਜ਼ਿਲ੍ਹੇ ਦੇ BCM ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ ਦੀ ਨਰੇਸ਼ ਜੋਸ਼ੀ ਨੇ 98.22% ਅੰਕਾਂ ਨਾਲ ਕਬਜ਼ਾ ਕੀਤਾ ਹੈ। ਜਦਕਿ ਤੀਜਾ ਸਥਾਨ ਲਹਿਰਾ ਗਾਗਾ ਦੇ ਟੈਗੋਰ ਸੈਂਟਰੀ ਪਬਲਿਕ ਸਕੂਲ ਲਹਿਰਾ ਗਾਗਾ ਦੀ ਰੀਆ ਨੂੰ 98% ਅੰਕਾਂ ਨਾਲ ਹਾਸਲ ਹੋਇਆ। ਜ਼ਿਕਰ ਖਾਸ ਹੈ ਕਿ ਬੋਰਡ ਵੱਲੋਂ ਇਹ ਨਤੀਜੇ 10 ਮਈ ਨੂੰ ਐਲਾਨ ਕੀਤੇ ਜਾਣ ਦੀ ਚਰਚਾ ਸੀ, ਜਿਸ ਨੂੰ ਲੈ ਕੇ ਵਿਦਿਆਰਥੀ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁੱਲ ਰੈਗੂਲਰ 2,85,1138 ਵਿਦਿਆਰਥੀਆਂ ਵੱਲੋਂ 12ਵੀਂ ਦੇ ਪੇਪਰ ਦਿੱਤੇ ਗਏ ਸਨ ਅਤੇ ਓਪਨ ਸਕੂਲ ਦੇ 29,667 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ। ਰੈਗੂਲਰ ਵਿਦਿਆਰਥੀਆਂ 'ਚੋਂ 1,86,278 ਵਿਦਿਆਰਥੀ ਪਾਸ ਹੋਏ ਨੇ ਅਤੇ ਓਪਨ ਵਿੱਚ 1,43,000 ਪਾਸ ਹੋਏ ਨੇ। ਰੈਗੂਲਰ ਵਿਦਿਆਰਥੀਆਂ ਦਾ ਨਤੀਜਾ 62.33%, ਓਪਨ ਵਿੱਚ 33.84% ਰਿਹਾ। ਅੱਜ ਦੀ ਜੋ ਪਰਫਾਰਮੈਂਸ ਜਾਂ ਜੋ ਰਿਜ਼ਲਟ ਹੈ ਉਹ ਬੱਚੇ ਦੇ ਬਿਲਕੁਲ ਆਪਣੇ ਮਾਰਕਸ ਨੇ, ਕਿਉਂਕਿ 3 ਫੈਕਟਰ ਅਸੀਂ ਨਕਲ ਨਹੀਂ ਹੋਣ ਦਿੱਤੀ। ਦੂਜਾ, ਅਸੀਂ ਇਹ ਜਿਹੜੇ ਨੰਬਰ 70 ਦੇ ਵਿੱਚ 30 ਐਡ ਹੋ ਜਾਂਦੇ ਸੀ ਉਸ ਦੇ, ਉਸ ਨੂੰ ਅਸੀਂ ਘਟਾ ਕੇ 10 ਕੀਤਾ, ਉਹਦੇ 90 ਨੇ। ਅਤੇ ਤੀਜਾ ਮੋਡਰੇਸ਼ਨ ਜਾਂ ਐਕਸਟਰਾ ਮਾਰਕਸ ਕਿਸੇ ਨੂੰ ਨਹੀਂ ਦਿੱਤੇ।